ਤਾਂ ਦੋਸਤੋ ਵੈਲਕਮ ਸਾਰਿਆਂ ਦਾ। ਇਹ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਸਿੱਧੂ ਮੂਸੇਵਾਲੇ ਬਾਈ ਬਾਰੇ। ਪਹਿਲੇ ਤੁਹਾਨੂੰ ਦੱਸ ਦਈਏ, ਡਿਸਕ੍ਰਿਪਸ਼ਨ 'ਚ ਇੱਕ ਵੀਡੀਓ ਦਾ ਲਿੰਕ ਆ ਜਿਹਦੇ ਵਿੱਚ ਲੋਰੈਂਸ ਬਿਸ਼ਨੋਈ ਨੇ ਕੋਰਟ ਵਿੱਚ ਆਪਣੇ ਵਕੀਲ ਦੇ ਰਾਹੀਂ ਇਹ ਐਪਲੀਕੇਸ਼ਨ ਦਰਜ ਕਰਵਾਈ ਆ ਕਿ ਉਹ ਬੇਕਸੂਰ ਨੇ ਅਤੇ ਸਿੱਧੂ ਮੂਸੇਵਾਲੇ ਦੇ ਮਰਡਰ ਕੇਸ ਵਿੱਚ ਉਹਨਾਂ ਦਾ ਹੱਥ ਨਹੀਂ ਹੈ। ਅਤੇ ਹੁਣ ਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰੀਏ। JB ਪ੍ਰੋਡਕਸ਼ਨ ਜੋ ਕਿ ਸਿੱਧੂ ਮੂਸੇਵਾਲੇ ਬਾਈ ਨਾਲ ਮੇਰਾ ਨਾਮ ਸੌਂਗ ਵਿੱਚ ਕੰਮ ਕਰ ਚੁੱਕੇ ਨੇ, ਉਹਨਾਂ ਨੇ ਇੱਕ ਸਟੋਰੀ ਲਾਈ ਹੈ 2024 ਵੀ ਗੋ ਅਗੇਨ, ਯਾਨੀ ਕਿ ਸਿੱਧੂ ਬਾਈ ਦੇ 2024 ਦੇ ਪ੍ਰੋਜੈਕਟਾਂ ਲਈ ਉਹਨਾਂ ਨੇ ਸਟੋਰੀ ਲਾਈ ਹੈ ਅਤੇ ਹਿੰਟ ਦਿੱਤਾ, ਕਿਉਂਕਿ ਗਾਈਜ਼ ਬਹੁਤ ਸਾਰੇ ਪ੍ਰੋਜੈਕਟ ਜੋ ਕਿ ਸਿੱਧੂ ਬਾਈ ਦੇ ਅਪਕਮਿੰਗ ਪਏ ਨੇ ਅਤੇ 2024 ਵਿੱਚ ਸਾਨੂੰ ਬਹੁਤ ਜ਼ਿਆਦਾ ਘੈਂਟ ਘੈਂਟ ਸੌਂਗ ਸਿੱਧੂ ਬਾਈ ਦੇ ਦੇਖਣ ਨੂੰ ਮਿਲਣ ਵਾਲੇ ਨੇ। ਪਰ ਸਭ ਫੈਨ ਦੇ ਮਨ 'ਚ ਇੱਕ ਵੱਡਾ ਸਵਾਲ ਇਹ ਆ ਕਿ ਸਿੱਧੂ ਬਾਈ ਦਾ ਹੁਣ ਨੈਕਸਟ ਸੌਂਗ ਕਦੋਂ ਰਿਲੀਜ਼ ਹੋਏਗਾ। ਅਤੇ ਤੁਹਾਨੂੰ ਦੱਸ ਦਈਏ ਕਿ ਸਿੱਧੂ ਬਾਈ ਦੇ ਫਾਦਰ ਸਾਹਿਬ ਨੇ ਜਿੱਦਾਂ ਕਿਹਾ ਸੀ ਸਾਲ ਵਿੱਚ 2 ਸੌਂਗ ਰਿਲੀਜ਼ ਹੋਇਆ ਕਰਨਗੇ, ਇੱਕ ਬਾਪੂ ਜੀ ਦੇ ਅਤੇ ਇੱਕ ਸਿੱਧੂ ਬਾਈ ਦੇ ਬਰਥਡੇ 'ਤੇ। ਅਤੇ ਇਹ ਦੋਨੋਂ ਬਰਥਡੇ 'ਤੇ ਜੋ ਕਿ ਸੌਂਗ ਇੱਕ ਸਿੱਧੂ ਬਾਈ ਦਾ ਰਿਲੀਜ਼ ਕੀਤਾ ਜਾਏਗਾ, ਸਾਲ ਵਿੱਚ 2 ਸੌਂਗ ਰਿਲੀਜ਼ ਹੋਇਆ ਕਰਨਗੇ ਤਾਂ ਕਿ ਲੰਬੇ ਟਾਈਮ ਤੱਕ ਸਿੱਧੂ ਬਾਈ ਦੇ ਜੋ ਕਿ ਜੋ ਪ੍ਰੋਜੈਕਟ ਨੇ ਉਹ ਰਿਲੀਜ਼ ਹੋ ਸਕਣ। ਤਾਂ ਤੱਕ ਲਈ ਆਪਾਂ ਵੇਟ ਕਰਦੇ ਹਾਂ। ਤੁਸੀਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਸਿੱਧੂ ਬਾਈ ਨਾਲ ਜੁੜੀ ਹਰ ਇੱਕ ਅਪਡੇਟ ਸਭ ਤੋਂ